ਦੁਆਬੇ ਤੋਂ ਮਾਝੇ ਵੱਲ ਨੂੰ ਬੱਸਾਂ ਤੇ ਗੱਡੀਆਂ 'ਚ ਤਾਂ ਬਹੁਤ ਮਰ ਗਏ ਆ, ਪਰ ਅੱਜ ਬੇੜੀ ਦਾ ਬੜਾ ਹੀ ਸ਼ਾਨਦਾਰ ਸਫ਼ਰ ਕਰਾਂਗੇ। ਇਹ ਇੱਧਰ ਕਪੂਰਥਲਾ ਜ਼ਿਲ੍ਹਾ ਆ ਤੇ ਇੱਧਰ ਹੈਗਾ ਤਰਨ ਤਾਰਨ। ਇੱਧਰ ਬਾਈ ਕਰਮੂ ਵਾਲਾ ਪਿੰਡ ਹੈ ਨਾ, ਹਾਂਜੀ ਕਰਮੂ। ਆਪਾਂ ਕਰਮੂ ਵਾਲਾ ਪਿੰਡਾਂ ਨੂੰ ਚੱਲੇ ਹਾਂ ਤੇ ਆ ਮੋਟਰਸਾਈਕਲ ਵੀ ਵਿੱਚ ਖੜੇ ਆ। ਪਹਿਲੀ ਵਾਰ ਸਫ਼ਰ ਕਰਨ ਜਾ ਰਹੇ ਤੇ ਲੱਗ ਰਿਹਾ ਬੜਾ ਸ਼ਾਨਦਾਰ ਆਊਗਾ। ਬਿਆਸ ਦਰਿਆ ਆ ਇਹ ਜਿਹਦੇ ਰਾਹੀਂ ਅਸੀਂ ਤਰਨ ਤਾਰਨ 'ਚ ਜਾਣਾ ਹੈ। ਬਾਈ ਜੀ ਕਿੰਨੇ ਕੁ ਗੇੜੇ ਲੱਗਦੇ ਦਿਹਾੜੀ ਦੇ? ਲੱਗ ਹੀ ਜਾਂਦੇ 50-60 ਗੇੜੇ ਲੱਗ ਹੀ ਜਾਂਦੇ। ਰੁਜ਼ਗਾਰ ਵਧੀਆ ਚੱਲਦਾ ਫਿਰ? ਹਾਂਜੀ ਵਧੀਆ ਚੱਲਦਾ। ਕਿੰਨੇ ਸਾਲਾਂ ਤੋਂ ਕਰ ਰਹੇ ਕੰਮ ਹੈ ਤੁਸੀਂ? 6 ਸਾਲ ਹੋ ਚੁੱਕੇ। ਅੱਛਾ, ਇੱਧਰ ਬਾਈ ਜੁਣੀ ਕਾਫੀ ਜਿਹੜੇ। ਬਾਈ ਤੁਸੀਂ ਕਿੰਨਾ ਕੁ ਤੁਹਾਡਾ ਗੇੜੇ ਚੱਲਦੇ? ਅੱਛਾ, ਇੱਧਰੋਂ ਉੱਧਰੋਂ ਆਏ ਹੋ ਕਿ ਇੱਧਰੋਂ ਜਾ ਰਹੇ ਹੋ? ਨਹੀਂ ਮਾਝਿਓ ਆਏ। ਅੱਛਾ, ਮਾਝੇ ਵੱਲੋਂ ਆਏ ਹੋ। ਮਾਝੇ ਤੋਂ ਦੁਆਬੇ ਨੂੰ ਕਨੈਕਟ ਕਰ ਰਿਹਾ ਨਾ ਇੱਧਰ? ਜ਼ਮੀਨ ਹੈ ਇੱਧਰ, ਖਾਲ ਖੁਦ ਪਾਣੀ ਹੈ ਕੋਈ। ਅੱਛਾ, ਬੜੀ ਜਗ੍ਹਾ। ਔਖਾ ਲੱਗਦਾ ਜਾਂ ਫਿਰ ਠੀਕ ਲੱਗਦਾ? ਹੋ ਰਹੇ ਆ। ਅੱਛਾ, ਹੋ ਰਹੇ ਆ। ਹਾਂ, ਹੁਣ ਨਹੀਂ ਗੱਲ। ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਸੁਣਿਆ ਕਿ ਆਉਂਦੇ ਨੇ ਲੀਡਰ ਵੀ, ਵਾਅਦੇ ਕਰਦੇ ਨੇ ਕਿ ਬਣਾ ਦੇਵਾਂਗੇ ਪੁਲ, ਪਰ ਬਣਿਆ ਨਹੀਂ ਹਾਲੇ ਤੱਕ। ਝੂਠ ਹੀ ਹੈਗੇ, ਚਾਹੇ ਜਿੰਨਾ ਵੱਜਦਾ ਉਨਾ ਮਰੀ ਜਾਂਦਾ। ਚਲੋ ਉਮੀਦ ਕਰਦੇ ਆ, ਜਿਹੜਾ ਖੋਲ ਲੈਂਦੇ ਆ ਤੇ ਉਹ ਮਾਰ ਕੇ ਚਲ ਜਾਂਦੇ। ਉਮੀਦ ਕਰਦੇ ਆ ਇਲੈਕਸ਼ਨ ਆ ਰਹੇ ਆ, ਸ਼ਾਇਦ ਪੁਲ ਬਣ ਜੇ, ਜਦੋਂ ਦੁਬਾਰਾ ਆਈਏ ਤੇ ਪੁਲ ਬਣਿਆ ਹੋਵੇ। ਪਰ ਸਫ਼ਰ ਚਲੋ ਵਧੀਆ, ਕਿਉਂਕਿ ਕੁਦਰਤ ਜਿਹੜੀ ਹੁੰਦੀ ਉਹ ਵਧੀਆ ਹੁੰਦੀ ਹੈ ਤੇ ਸਫ਼ਰ ਇਹ ਵਧੀਆ ਲੱਗ ਰਿਹਾ, ਕਿਉਂਕਿ ਐਨ ਹੁਣ ਦਰਿਆ ਦੇ ਵਿਚਕਾਰ ਪਹੁੰਚ ਚੁੱਕੇ ਹਾਂ। ਬਾਜੀ ਤੁਹਾਨੂੰ ਤਾਂ ਨਹੀਂ ਔਖਾ ਲੱਗਦਾ? ਨਹੀਂ ਔਖਾ ਕਾਹਦਾ, ਸਹੀ ਹੈ। ਹਾਂਜੀ, ਕਿੰਨੇ ਕੁ ਵਜੇ ਆਉਂਦੇ ਸਵੇਰੇ? 7 ਵਜੇ ਆਈਦਾ। ਅੱਛਾ, ਸ਼ਾਮ ਨੂੰ ਕਦੋਂ? ਸ਼ਾਮ ਨੂੰ 6 ਵਜੇ। 6 ਵਜੇ ਸਾਰਾ ਦਿਨ ਤੁਹਾਡਾ ਇੱਥੇ ਹੀ ਲੰਘਦਾ? ਹਾਂਜੀ। ਕਾਫੀ ਜਣੇ ਆਉਂਦੇ ਰਹਿੰਦੇ, ਦੇਖਣ ਨੂੰ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਰੌਣਕ ਨਹੀਂ ਹੁੰਦੀ, ਜਾਂ ਫਿਰ ਲੋਕ ਨਹੀਂ ਆਉਂਦੇ? ਨਹੀਂ, ਸਾਰੀ ਦਿਹਾੜੀ ਤੁਰੇ ਆਉਂਦਾ ਕੋਈ ਨਹੀਂ। ਵੈਸੇ ਜਦੋਂ ਦੇ ਅਸੀਂ ਆਏ ਹਾਂ ਕਾਫੀ ਆਏ, ਪਰ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਨਹੀਂ ਆਉਂਦੇ ਹੋਣੇ ਲੋਕ, ਪਰ ਇੱਥੇ ਤਾਂ ਨੰਗਾ ਸੁਲਤਾਨਪੁਰ ਨੂੰ ਕਾਫੀ ਲੋਕ ਲੰਘਦੇ। ਕਿਉਂਕਿ ਸੁਲਤਾਨਪੁਰ ਲੋਧੀ ਕਿਉਂਕਿ ਲੱਗੇ ਰਿਸ਼ਤੇਦਾਰੀ ਵੀ ਆ ਲੋਕਾਂ ਦੀ, ਕੋਈ ਬੇਰ ਸਾਹਿਬ ਜਾਣਾ ਜਾਂ ਕੋਈ ਗੁਰਦੁਆਰੇ ਜਾਣਾ ਜਾਂ ਕੋਈ ਕੰਮ ਜਾਣਾ, ਕੋਈ ਵੀ ਹਰੇਕ ਕੰਮ ਬਾਰੇ ਆਉਣ ਜਾਣ ਬਣਿਆ ਰਹਿੰਦਾ। ਹਾਂ, ਅੱਛਾ, ਇੱਥੋਂ ਹੀ ਜਾਂਦੇ ਆ ਨਾ, ਕਿਉਂਕਿ ਉੱਧਰ ਦੀ ਦੂਰ ਬਹੁਤ ਪੈਂਦਾ ਨਾ, ਕਿ ਜੇ ਉੱਧਰੋਂ ਦੀ ਜਾਣਗੇ ਨਾ ਗੋਇੰਦਵਾਲ ਸਾਹਿਬ ਵੱਲ ਦੀ ਤਾਂ ਫਿਰ ਪੈਂਟਾ ਜ਼ਿਆਦਾ ਪੈਂਦਾ, ਇੱਧਰੋਂ ਥੋੜ੍ਹਾ ਘੱਟ ਹੈ ਅਤੇ ਜਲਦੀ ਪਹੁੰਚ ਜਾਂਦਾ ਨਾ। ਇਹ ਵੀ ਆ ਕਿ ਸਫ਼ਰ ਵੀ ਘੱਟ ਅਤੇ ਸਮਾਂ ਵੀ ਘੱਟ ਲੱਗਦਾ, ਤਾਂ ਕਰਕੇ ਇੱਧਰ ਦੀ ਜ਼ਿਆਦਾ ਜਾਣਾ ਪਸੰਦ ਕਰਦੇ ਆ। ਮੋਟਰਸਾਈਕਲ ਵੀ ਵਿੱਚ ਹੀ ਖੜ੍ਹੇ ਨੇ, ਮਤਲਬ ਮੈਂ ਤਾਂ ਇਕੱਲੇ ਲੋਕ ਜਾਂਦੇ ਤਾਂ ਵੇਖੇ, ਚਲੋ ਬੇੜੀਆਂ 'ਚ ਸਫ਼ਰ ਕਰਦੇ ਹੋਣਗੇ, ਅਤੇ ਮੋਟਰਸਾਈਕਲ ਜਿਹੜੇ ਜਾ ਰਹੇ ਪਹਿਲੀ ਵਾਰ ਦੇਖੇ ਆ। ਅਤੇ ਇਹ ਬਿਆਸ ਦਰਿਆ ਆ, ਇਹਦੇ ਵਿੱਚ ਇਹ ਵੀ ਸੁਣਿਆ ਕਿ ਡੋਲਫਿਨ ਵੀ ਆ। ਪੰਜਾਬ 'ਚ ਹੋਰ ਵੀ ਸਤਲੁਜ ਵੀ ਵਹਿੰਦਾ ਆ, 5 ਦਰਿਆ ਸੀ ਵੈਸੇ ਤਾਂ ਪਹਿਲਾਂ, ਹੁਣ ਜਿਹੜੇ ਆ 2.5 ਕੁ ਮੰਨ ਕੇ ਚੱਲੀਏ ਜਾਂ 3 ਕਹਿ ਲਓ, ਪਰ ਬਿਆਸ ਦਰਿਆ ਦੇ ਵਿੱਚ ਜਿਹੜੀ ਡੋਲਫਿਨ ਦੇਖੀ ਜਾਂਦੀ ਆ, ਜਿਹੜੇ ਨੀ ਪੱਥਰ ਵੀ ਰੱਖ ਕੇ ਜਾਂਦੇ ਰਹੇ ਨੇ ਲੀਡਰ ਆਉਂਦੇ ਨੇ, ਉਹਨਾਂ ਦਾ ਕੀ ਬਣਿਆ? ਨੀ ਪੱਥਰ ਪਾਥੀਆਂ ਲੱਗੀਆਂ। ਚਲੋ, ਪੰਜਾਬ 'ਚ ਚੋਣਾਂ ਦਾ ਮਾਹੌਲ ਚੱਲ ਰਿਹਾ, ਸਿਆਸੀ ਪਾਰਾ ਜਿਹੜਾ ਸਿਖਰਾਂ ਤੇ, ਉਮੀਦ ਕਰਦੇ ਆ ਕਿ ਜਦੋਂ ਅਗਲੀ ਵਾਰ ਆਈਏ, ਇਲੈਕਸ਼ਨ ਤੋਂ ਬਾਅਦ ਆਈਏ ਨਾ, ਇਹ ਕਹਿ ਸਕਦੇ ਹਾਂ, ਕਿਉਂਕਿ 22 ਤਾਂ ਚੜ੍ਹ ਗਿਆ ਹੁਣ ਅਤੇ 22 'ਚ ਇਲੈਕਸ਼ਨ ਨੇ ਪੰਜਾਬ 'ਚ, ਅਤੇ ਜਦੋਂ ਆਈਏ ਅਤੇ ਪੁਲ ਬਣਿਆ ਹੋਵੇ ਅਤੇ ਪੁਲ 'ਤੇ ਵੀ ਸਫ਼ਰ ਕਰੀ ਤਾਂ ਬੇੜੀ ਤਾਂ ਚੱਲ ਉੱਦਾਂ ਕਰ ਲਾਂਗੇ ਨਾ। ਚਲੋ, ਤਾਂ ਝੂਟੇ ਵਾਲੇ ਕੋਈ ਨਾ ਕੋਈ ਤੁਰੇ ਹੀ ਆਉਂਦਾ। ਅੱਛਾ, ਲੋਕ ਆਉਂਦੇ ਨੇ ਝੂਟੇ ਲੈਣ? ਹਾਂਜੀ, ਬਹੁਤ ਜ਼ਿਆਦਾ। ਹੁਣ ਉਹ ਉੱਧਰਲੇ ਬੰਨੇ ਫਿਰ ਗੱਡੀ ਆ ਗਈ ਇੱਕ। ਅੱਛਾ, ਠੀਕ ਹੈ। ਕੰਮ ਕਰ ਲਈ ਜਿਨ੍ਹਾਂ ਨੇ ਆਉਣਾ ਉਹ ਤਾਂ ਆਉਂਦੇ ਨੇ, ਉੱਦਾਂ ਲੋਕ ਵੇਖਣ ਵੀ ਆਉਂਦੇ ਆ ਘੁੰਮਣ ਫਿਰਨ। ਹਾਂਜੀ, ਬਹੁਤ ਜ਼ਿਆਦਾ। ਠੀਕ ਹੈ, ਇੱਥੇ ਡੋਲਫਿਨ ਰਹਿੰਦੀ ਹੈ ਨਾ, ਉਹਦਾ ਕਰਕੇ ਬਹੁਤ ਜ਼ਿਆਦਾ ਆਉਂਦੇ ਆ। ਹਾਂਜੀ, ਪੰਜਾਬ 'ਚ ਇੱਥੇ ਹੀ ਆ ਬਿਆਸ ਦਰਿਆ 'ਚ ਡੋਲਫਿਨ। ਹੋਰ ਵੀ ਕਰਦਾ ਸੀ ਤੂੰ ਘਰੋਂ ਕੰਮ ਜਾਂ ਤੁਸੀਂ? ਨਹੀਂ, ਦਾਦਾ ਕਰਦਾ, ਪਹਿਲਾਂ ਦਾਦਾ ਸੀ, ਮੁੜ ਕੇ ਡੈਡੀ ਨੇ ਵਾਹੀ ਬੇੜੀ। ਅੱਛਾ ਜੀ, ਤੇ ਜਦੋਂ ਆਪਾਂ ਚੱਲੇ ਸੀ ਉੱਥੇ ਇੱਕ ਵੱਡਾ ਬੇੜਾ ਵੀ ਸੀ, ਉਹਦੇ 'ਚ ਕੀ ਆਉਂਦਾ ਸਰ? ਉਹਦੇ ਟਰੈਕਟਰ ਟਰਾਲੀਆਂ ਵਾਸਤੇ ਹੈ ਜੀ। ਅੱਛਾ ਅੱਛਾ,
ਉਧਰੋਂ ਜਦੋਂ ਗੋਇੰਦਵਾਲ ਸਾਹਿਬ ਤੋਂ ਆਪਾਂ ਉੱਥੇ ਵੀ ਵੇਖਦੇ ਹਾਂ ਉੱਥੇ ਫੁੱਲ ਪਾਣ ਵੀ ਆਉਂਦੇ ਲੋਕ ਉੱਥੇ ਇਹ ਆ ਲਾਗੇ ਲਾਗੇ ਫਿਰ ਪਿੰਡਾਂ ਵਾਲਾ ਜਿਹੜਾ ਪਾਣੀ ਪਾਈ ਜਾਂਦੇ ਆ ਦੂਜਾ ਲਾਗੇ ਲਾਗੇ ਵਾਲੇ ਹਲੇ ਪਾਣੀ ਸਾਰਾ ਗੰਦਾ ਹੁੰਦਾ ਇਹਦਾ ਜਿੰਨੇ ਪਿੰਡ ਆ ਲਾਗੇ ਲਾਗੇ ਸਾਰਿਆਂ ਨੇ ਪਾਣੀ ਪਾਈ ਜਾਂਦੇ ਆ ਅੱਜ ਜਦੋਂ ਮੱਛੀਆਂ ਮਰੀਆਂ ਸੀ ਉਦੋਂ ਕਾਫੀ ਰੌਲਾ ਪਿਆ ਸੀ ਹਾਂ ਉਦੋਂ ਫੈਕਟਰੀ ਦਾ ਪਾਣੀ ਦਾ ਪਾਣੀ ਜਿਹੜਾ ਸੀਗਾ ਨਾ ਉਦੋਂ ਹੀ ਦੇਖੀਆਂ ਗਈਆਂ ਸੀ ਡੋਲਫਿਨ ਵੀ ਵੈਸੇ ਪਤਾ ਚੱਲਿਆ ਸੀ ਕਿ ਡੋਲਫਿਨ ਵੀ ਇੱਥੇ ਚਲੋ ਕੋਲ ਮਿਲਾ ਕੇ ਦੇਖੀ ਸਫ਼ਰ ਵਧੀਆ ਰਿਹਾ ਉੱਧਰੋਂ ਇੱਧਰ ਤੱਕ ਦਾ ਮੈਂ ਕਿਹਾ ਕਿ ਤੁਸੀਂ ਆ ਜਾਓ ਬਸ ਜੀ ਬਸ ਥੈਂਕ ਯੂ